ਕੋਰੋਨਾ ਵਾਇਰਸ ਕਰਕੇ ਸਾਨੂੰ ਘਰੋਂ ਲੈ ਕੇ ਆਏ ਸੀ ਇਹ 4 ਦਿਨ ਪਹਿਲਾਂ ਵੀ ਤੁਹਾਡੀ ਜਾਂਚ ਕਰਨੀ ਹੈ। ਜਾਂਚ ਕਰੇ ਹੋਏ ਬੰਦੇ ਜਾਂਚ ਕਰੇ ਹਣ ਤੇ ਫਾਇਦਾ ਕੀ ਹੋਇਆ ਜਦੋਂ ਸਾਨੂੰ ਇਹਨਾਂ ਦੇ ਨਾਲ ਸੇਮ ਐਂਬੂਲੈਂਸ ਤੇ ਬਿਠਾ ਕੇ ਸਾਨੂੰ ਪਤਾ ਨਹੀਂ ਹੁਣ ਕਿਹੜੇ ਆਈਸੋਲੇਸ਼ਨ ਵਾਰਡ 'ਚ ਲੈ ਕੇ ਜਾ ਰਹੇ ਆ। ਹੁਣ ਸਾਡੀ ਜਾਂਚ ਤਾਂ ਰੱਦ ਹੋ ਗਈ, ਉਹਦਾ ਤਾਂ ਕੋਈ ਮਤਲਬ ਹੀ ਨਹੀਂ ਬਣਿਆ। ਸਾਨੂੰ ਹਸਪਤਾਲ ਦੇ ਵਿੱਚ ਵਾਰਡ ਦੇ ਵਿੱਚ ਇਕੱਠਿਆਂ ਨੂੰ ਭੇਡ ਬੱਕਰੀਆਂ ਨੂੰ ਜਿੱਦਾਂ ਰੋਟੀ ਦਿੰਦੇ ਆ ਉੱਦਾਂ ਸਾਨੂੰ ਸੁੱਕੀਆਂ ਰੋਟੀਆਂ, ਨਰਸ ਜੋ ਵੀ ਇੱਦਾਂ ਦੀ ਟ੍ਰੀਟ ਕਰਦੀ ਹੈ ਬੋਲਦੀ ਹੈ ਹੇ ਯਾਂ ਕਿਉਂ ਖੜੀ ਹੈ, ਫਲਾਨਾ ਕਿਉਂ ਹੈ। ਤੁਸੀਂ ਸਾਡੀ ਜਾਨ ਬਚਾਉਣੀ ਹੈ ਕਿ ਸਾਨੂੰ ਮਾਰਨਾ ਹੈ? ਸਾਨੂੰ ਤਾਂ ਆਹੀ ਸਮਝ ਨਹੀਂ ਲੱਗਦੀ ਪਈ ਤੁਹਾਡੀ। ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਚਲਦੇ ਬਿਹਤਰ ਸੁਵਿਧਾ ਦੇਣ ਦੇ ਵਾਅਦੇ ਕੀਤੇ ਜਾਂਦੇ ਨੇ ਅਤੇ ਕਰੋੜਾਂ ਮਰੀਜ਼ਾਂ ਅਤੇ ਪੀੜਤਾਂ ਅਤੇ ਸ਼ੱਕੀ ਮਰੀਜ਼ਾਂ ਨੂੰ ਸਰਕਾਰ ਦੀ ਨਿਗਰਾਨੀ ਵਿੱਚ ਕੁਆਰੰਟਾਈਨ ਕੀਤਾ ਜਾ ਰਿਹਾ, ਜਿਸ ਦਾ ਮਕਸਦ ਇਹ ਉਹ ਲੋਕ ਹੋ ਸਕਦੇ ਨੇ ਜੋ ਕਿ ਕਰੋਨਾ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਸਨ ਅਤੇ ਇਹਨਾਂ ਦੇ 15 ਦਿਨ ਦੀ ਇਕਾਂਤਵਾਸ ਸਰਕਾਰ ਵੱਲੋਂ ਜ਼ਰੂਰੀ ਕੀਤੀ ਗਈ ਹੈ। ਪਰੰਤੂ ਸਰਕਾਰ ਦੇ ਇਕਾਂਤਵਾਸ ਦੇ ਸਹੀ ਚਲਾਉਣ ਦੇ ਦਾਅਵਿਆਂ ਲਈ ਸਿਹਤ ਵਿਭਾਗ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇਸ ਲੜਕੀ ਨੇ ਕਿਹਾ ਕਿ ਉਹ ਇਮਾਨਦਾਰੀ ਨਾਲ ਸਰਕਾਰ ਨੂੰ ਦੱਸਿਆ ਅਤੇ ਉਸਦਾ ਖਮਿਆਜਾ ਭੁਗਤ ਰਹੇ ਹਨ ਕਿਉਂਕਿ ਉਹਨਾਂ ਦੀ ਡਾਕਟਰੀ ਹੋਈ ਸੀ ਅਤੇ ਉਹਨਾਂ ਨਾਲ ਭੀਲਵਾੜਾ ਦੇ ਬਿਨਾਂ ਡਾਕਟਰੀ ਹੋਏ 2 ਜਣੇ ਨਾਲ ਸ਼ਿਫਟ ਕੀਤੇ ਗਏ ਨੇ, ਜਿਨ੍ਹਾਂ ਨੂੰ ਸਿਰਫ ਇੱਕ ਸਾਬਣ ਜਿਸ ਨੂੰ ਸਾਰੇ ਵਰਤ ਰਹੇ ਨੇ, ਇੱਕ ਬਾਥਰੂਮ ਅਤੇ ਇੱਕ ਟੋਇਲਟ ਦੀ ਸੁਵਿਧਾ ਹੈ। ਇਹਨਾਂ ਕੋਲ ਗਰਮ ਪਾਣੀ ਤਾਂ ਕੀ ਠੰਡਾ ਪਾਣੀ ਵੀ ਨਹੀਂ ਹੈ। ਉਹਨਾਂ ਨੂੰ ਲੱਗਦਾ ਕਿ ਜੇਕਰ ਇੱਥੇ ਰਹਿੰਦੇ ਵਿੱਚੋਂ ਕੋਈ ਵੀ ਕਰੋਨਾ ਪੋਜ਼ਿਟਿਵ ਹੋਇਆ ਤਾਂ ਉਹ ਵੀ ਚੰਗੇ ਭਲੇ ਵੀ ਕਰੋਨਾ ਪੀੜਤ ਬਣ ਸਕਦੇ ਨੇ। ਇਸ ਲੜਕੀ ਨੇ ਆਪਣੀ ਵੀਡੀਓ ਵਾਇਰਲ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰ ਦਾ ਧਿਆਨ ਦਿਵਾਉਣ ਦੀ ਅਪੀਲ ਕੀਤੀ ਹੈ। ਹੈਲੋ ਜੀ, ਅਸੀਂ ਕੀ ਕਹਿੰਦੇ ਆ ਕੀ ਹੋਇਆ ਸੀ, ਕੋਰੋਨਾ ਵਾਇਰਸ ਕਰਕੇ ਸਾਨੂੰ ਘਰੋਂ ਲੈ ਕੇ ਆਏ ਸੀ ਇਹ 4 ਦਿਨ ਪਹਿਲਾਂ ਵੀ ਤੁਹਾਡੀ ਜਾਂਚ ਕਰਨੀ ਹੈ। ਮੇਰੀ ਜਾਂਚ ਹੋ ਗਈ, ਇਹਨਾਂ ਦੀ ਜਾਂਚ ਹੋ ਗਈ, ਇਹਨਾਂ ਦੀ ਜਾਂਚ ਹੋ ਗਈ, ਇਹਨਾਂ ਦੀ ਹੋ ਗਈ, ਉਹਨਾਂ ਦੀ ਹੋ ਗਈ। ਇਹ 2 ਬੰਦੇ ਇਹਨਾਂ ਨੂੰ ਇਹ ਭੀਲਵਾੜਾ ਤੋਂ ਆਏ ਹੈ, ਇਹਨਾਂ ਦੀ ਕੋਈ ਜਾਂਚ ਨਹੀਂ ਹੋਈ। ਜਾਂਚ ਕਰੇ ਹੋਏ ਬੰਦੇ ਜਾਂਚ ਕਰੇ ਹਣ ਤੇ ਫਾਇਦਾ ਕੀ ਹੋਇਆ ਜਦੋਂ ਸਾਨੂੰ ਇਹਨਾਂ ਦੇ ਨਾਲ ਸੇਮ ਐਂਬੂਲੈਂਸ ਤੇ ਬਿਠਾ ਕੇ ਸਾਨੂੰ ਪਤਾ ਨਹੀਂ ਹੁਣ ਕਿਹੜੇ ਆਈਸੋਲੇਸ਼ਨ ਵਾਰਡ 'ਚ ਲੈ ਕੇ ਜਾ ਰਹੇ ਆ। ਹੁਣ ਸਾਡੀ ਜਾਂਚ ਤਾਂ ਰੱਦ ਹੋ ਗਈ, ਉਹਦਾ ਤਾਂ ਕੋਈ ਮਤਲਬ ਹੀ ਨਹੀਂ ਬਣਿਆ। ਯਾ ਤਾਂ ਇਹਨਾਂ ਨੂੰ ਦੋਹਾਂ ਨੂੰ ਲੈ ਕੇ ਜਾਣਾ ਸੀ ਤਾਂ ਅੱਡ ਲੈ ਕੇ ਜਾਂਦੇ। ਇਹ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ, ਇਹ ਆਪਣੇ ਭੀਲਵਾੜਾ ਦੇ ਯਾਤਰੀਆਂ ਨੂੰ ਛੱਡ ਕੇ ਆਏ ਸੀ, ਨਾਲੇ ਉਹ ਵੀ ਰੋਡਵੇਜ਼ ਕਰਮਚਾਰੀ ਹੈ। ਚਲੋ ਠੀਕ ਹੈ, ਉਹਨਾਂ ਨੂੰ ਲੱਗਾ ਵੀ ਇਹ ਸਸਪੈਕਟਡ ਹੈ ਤੇ ਸਸਪੈਕਟਡ ਨੂੰ ਜਾਂਚ ਕਰੇ ਹੋਏ ਬੰਦਿਆਂ ਨਾਲ ਕਾਹਤੋਂ ਬਿਠਾਇਆ? ਫਿਰ ਸਾਡੀ ਜਾਂਚ ਤਾਂ 0 ਹੋ ਗਈ। ਹੁਣ ਸਾਡੀ ਫਿਰ ਦੁਬਾਰਾ ਕਰੋ? ਆ ਖੇਡ ਬਣਾਇਆ, ਪਤਾ ਨਹੀਂ ਇਹਨਾਂ ਨੇ ਕੀ ਬਣਾਇਆ, ਕੁਛ ਨਹੀਂ ਕਰਦੇ। ਕੱਲ ਸਾਡੀ ਜਾਂਚ ਹੋਈ, ਸਾਨੂੰ ਹਸਪਤਾਲ ਦੇ ਵਿੱਚ ਵਾਰਡ ਦੇ ਵਿੱਚ ਇਕੱਠਿਆਂ ਨੂੰ ਭੇਡ ਬੱਕਰੀਆਂ ਨੂੰ ਜਿੱਦਾਂ ਰੋਟੀ ਦਿੰਦੇ ਆ ਉੱਦਾਂ ਸਾਨੂੰ ਸੁੱਕੀਆਂ ਰੋਟੀਆਂ, ਪਾਣੀ ਤੁਸੀਂ ਮੰਗਦੇ ਰਹੋ, ਉਹਨਾਂ ਨੇ ਪਾਣੀ ਨਹੀਂ ਦੇਣਾ। ਆ ਕੇ ਨਰਸ ਜੋ ਵੀ ਇੱਦਾਂ ਦੀ ਟ੍ਰੀਟ ਕਰਦੀ ਹੈ ਬੋਲਦੀ ਹੈ ਹੇ ਯਾਂ ਕਿਉਂ ਖੜੀ ਹੈ, ਫਲਾਨਾ ਕਿਉਂ ਹੈ, ਇੱਦਾਂ ਨਹੀਂ ਬੋਲਦੇ ਵੀ ਹਾਂਜੀ ਤੁਹਾਨੂੰ ਕੀ ਲੋੜ ਹੈ, ਤੁਹਾਨੂੰ ਅਸੀਂ ਹੌਸਲਾ ਵਧਾਈਏ ਵੀ ਜੇ ਤੁਹਾਡੇ ਕੋਈ ਰੋਗ ਹੋ ਗਿਆ ਤਾਂ ਕੋਈ ਚੱਕਰ ਨਹੀਂ, ਅਸੀਂ ਤੁਹਾਡੇ ਨਾਲ ਹਾਂ। ਨਾ ਹੀ ਕੋਈ ਡਾਕਟਰ ਨੇ ਆ ਕੇ ਸਾਨੂੰ ਚੈੱਕ ਕੀਤਾ, 4 ਦਿਨਾਂ ਦੇ ਵਿੱਚ ਕਿਸੇ ਡਾਕਟਰ ਨੇ ਸਾਨੂੰ ਆ ਕੇ ਹੱਥ ਵੀ ਨਹੀਂ ਲਾਇਆ। ਹੱਥ ਲਾਉਣਾ ਤਾਂ ਦੂਰ ਦੀ ਗੱਲ ਹੈ, ਉਹਨਾਂ ਨੇ ਸਾਂਤਵਨਾ ਵੀ ਨਹੀਂ ਦਿੱਤੀ ਵੀ ਅਸੀਂ ਬੈਠੇ ਹਾਂ ਬੱਚਾ ਤੁਸੀਂ ਟੈਨਸ਼ਨ ਨਾ ਲਿਓ, ਅਸੀਂ ਤੁਹਾਨੂੰ ਰੱਖਾਂਗੇ। ਨਹੀਂ, ਕੋਈ ਮਤਲਬ ਨਹੀਂ। ਟੋਇਲਟ ਦੀ ਵੀਡੀਓ, ਉਹ ਸਾਰਾ ਕੁਝ ਮੈਂ ਤੁਹਾਨੂੰ ਸ਼ੇਅਰ ਕਰੂੰਗੀ। ਉਹ ਇੰਨੀ ਗੰਦਗੀ ਸੀ, 4 ਦਿਨ ਹੋ ਗਏ ਸਾਨੂੰ ਨਹਾਏ ਨੂੰ। ਠੀਕ ਹੈ, ਅਸੀਂ ਇਹਨਾਂ ਨੂੰ ਇੰਨੀ ਰਿਕੁਐਸਟ ਕੀਤੀ ਵੀ ਸਾਡਾ ਹੁਣ ਚੈੱਕਅਪ ਹੋ ਗਿਆ, ਨੈਗੇਟਿਵ ਆ ਗਿਆ, ਸਾਰਾ ਕੁਝ ਹੋ ਗਿਆ, ਹੁਣ ਵਾਪਸ ਸਾਨੂੰ ਸਸਪੈਂਸ਼ਨ 'ਚ ਪਾਤਾ ਨਾ ਇਹਨਾਂ ਦੇ ਨਾਲ ਬਿਠਾ ਕੇ, ਹੁਣ ਅਸੀਂ ਕਿੱਥੇ ਜਾਈਏ? ਅਸੀਂ ਇਹਨਾਂ ਨੂੰ ਕਿਹਾ ਤੁਸੀਂ ਸਾਨੂੰ ਪੁਲਿਸ ਦੇ ਨਾਲ ਲੈ ਕੇ ਜਾਓ, ਸਾਡਾ ਘਰ ਖਾਲੀ ਪਿਆ, ਉਹਦੇ ਵਿੱਚ ਇੱਕ ਵੀ ਪਰਸਨ ਨਹੀਂ ਗਾ। ਅਸੀਂ ਤੁਸੀਂ ਸਾਨੂੰ 2 ਭੈਣਾਂ ਅਸੀਂ ਆਈਆਂ, ਸਾਨੂੰ ਦੋਵਾਂ ਨੂੰ ਤੁਸੀਂ ਉੱਥੇ ਰੱਖ ਦਿਓ, ਹੋਰ ਕਿਸੇ ਨੂੰ ਨਾ ਵਾੜੋ, ਬਾਹਰ ਲੌਕ ਲਾ ਦਿਓ, ਹੋਰ ਕੀ ਕਰਨਾ। ਤੁਸੀਂ ਸਾਡੀ ਜਾਨ ਬਚਾਉਣੀ ਹੈ ਕਿ ਸਾਨੂੰ ਮਾਰਨਾ ਹੈ? ਸਾਨੂੰ ਤਾਂ ਆਹੀ ਸਮਝ ਨਹੀਂ ਲੱਗਦੀ ਪਈ ਤੁਹਾਡੀ। ਚਲੋ ਵੀ ਤੁਸੀਂ ਆਹ ਸ਼ੇਅਰ ਕਰਿਓ, ਜ਼ਰੂਰ ਜ਼ਰੂਰ ਸ਼ੇਅਰ ਕਰਿਓ, ਤਾਂ ਕਿ ਮੈਂ ਗੰਗਾਨਗਰ ਤੋਂ ਬੋਲਦੀ ਹਾਂ, ਆਹ ਗੰਗਾਨਗਰ ਵਾਲੇ ਸਰਕਾਰੀ ਹੋਸਪਿਟਲ ਵਾਲਿਆਂ ਨੇ ਬਿਲਕੁਲ ਖੱਪ ਕੀਤੀ ਹੈ, ਸਿਰਫ ਕਾਗਜ਼ੀ ਕਾਰਵਾਈ ਕਰਦੇ ਪਏ ਆ, ਕੋਈ ਮਤਲਬ ਨਹੀਂ ਇਹਨਾਂ ਨੂੰ। ਵੀ ਜਿਹੜਾ ਹਸਪਤਾਲ ਦੇ ਵਿੱਚ ਕੱਲ੍ਹ ਇੱਕ ਬੁੜੀ ਆਈ, ਰਾਤੀ 12 ਵਜੇ ਉਹ ਬੁੜੀ ਆਈ, ਉਹਨੂੰ ਵਾਰਡ ਦੇ ਵਿੱਚ ਧੱਕਾ ਦੇ ਕੇ ਅਤੇ ਉਹਨੂੰ ਛੱਡਤਾ, ਉਹ ਰੌਲਾ ਪਾਉਣ ਲੱਗੀ। ਉਹ ਕਹਿੰਦੀ ਮੈਂ ਹਮ ਦਿੱਲੀ ਸੇ ਆਏ ਹਾਂ, ਮੈਂ ਕਹਾਂ ਜਾਣਾ। ਹੁਣ ਸਾਡਾ ਚੈੱਕਅਪ ਹੋਇਆ ਸੀ ਪਹਿਲਾਂ ਹੀ, ਹੈ ਨਾ। ਅਸੀਂ ਉਹਨੂੰ ਕਿਹਾ ਵੀ ਕੋਈ ਨਾ ਮਾਤਾ ਤੂੰ ਬਹਿ ਜਾ, ਉਹਨੂੰ ਕੋਈ ਪਾਣੀ ਨਹੀਂ ਪੁੱਛਿਆ, ਕੋਈ ਦਵਾਈ ਨਹੀਂ ਪੁੱਛੀ। ਘੰਟੇ ਬਾਅਦ ਅਸੀਂ ਉਹਨੂੰ ਕਿਹਾ ਤੂੰ ਜਾ ਕੇ ਬੋਲ, ਇਹ ਨਹੀਂ ਦਿੰਦੇ। ਫਿਰ ਕਹਿੰਦੇ ਬੈਠ ਜਾ ਬੈਠ ਜਾ ਬੈਠ ਜਾ, ਜੇ ਅਸੀਂ ਜਾ ਕੇ ਆਵਾਜ਼ ਲਾਉਂਦੇ ਹਾਂ ਵੀ ਸਾਨੂੰ ਕੁਛ ਪਾਣੀ ਦੇ ਦਿਓ ਜਾਂ ਦਵਾਈ ਦੇ ਦਿਓ ਤਾਂ ਕਹਿੰਦੇ ਬੈਠ ਜਾਓ, ਖੜੇ ਕਿਉਂ ਹੋਤੇ ਹੋ, ਜੇ ਅਸੀਂ ਨਾ ਜਾਈਏ ਤਾਂ ਲਿਆ ਕੇ ਨਹੀਂ ਦਿੰਦੇ। ਦਿਨ 'ਚ ਸਾਨੂੰ 1-2 ਵਾਰੀ ਰੋਟੀ ਦਿੰਦੇ ਆ, ਰੋਟੀ ਜਿੱਦਾਂ ਜੇਲ੍ਹ ਦੇ ਕੈਦੀਆਂ ਨੂੰ ਦਿੱਤੀ ਜਾਂਦੀ ਆ ਉੱਦਾਂ ਰੋਟੀ ਦਿੰਦੇ ਆ। ਪਹਿਲਾ ਦਿਨ ਤਾਂ ਸਾਨੂੰ ਰੋਟੀ ਹੱਥਾਂ 'ਚ ਫੜਾਤੀ ਅਤੇ ਸਬਜ਼ੀ ਪੋਲੀਥੀਨ ਦੇ ਵਿੱਚ ਲਾ ਦੀ, ਹੁਣ ਦੱਸੋ ਕਿੱਥੇ ਖਾਈਏ ਅਸੀਂ ਰੋਟੀ। ਕੋਈ ਇਹਨਾਂ ਨੇ ਡਿਸਪੋਜ਼ਲ ਨਹੀਂ ਦਿੱਤੇ ਸਾਨੂੰ, ਕੁਛ ਵੀ ਨਹੀਂ ਦਿੱਤਾ।
ਕਿਸੇ ਨੇ ਕਿਹਾ ਵੀ ਮੇਰਾ ਗਲਾ ਖਰਾਬ ਹੈ, ਡਾਕਟਰ ਕਹਿੰਦਾ ਜੀ ਗਰਮ ਪਾਣੀ ਨਾਲ ਗਰਾਰੇ ਕਰੋ, ਠੀਕ ਹੈ ਜੀ ਕਰ ਲਾਂਗੇ, ਕਿੱਥੇ ਕਰੀਏ, ਇੱਥੇ ਠੰਡਾ ਪਾਣੀ ਨਹੀਂ, ਇੱਥੇ ਗਰਮ ਕਾਹਦਾ ਮਿਲੂਗਾ ਪਾਣੀ ਸਾਨੂੰ। ਹੱਥ ਧੋਣ ਵਾਲੀ ਥਾਂ 'ਤੇ ਕੋਈ ਉੱਥੇ ਲਿਕੁਇਡ ਨਹੀਂ ਰੱਖਿਆ ਸੀ, ਸੇਮ ਸਾਬਣ, ਜੇ 6 ਉੱਥੇ ਮਰੀਜ਼ ਹੈ ਅਤੇ 6 ਦੇ 6 ਇੱਕੋ ਹੀ ਸਾਬਣ ਲਾਈ ਜਾ ਰਹੇ ਹੈ, ਇੱਕੋ ਹੀ ਟੋਇਲਟ 'ਤੇ, ਇਹਨੂੰ ਆਈਸੋਲੇਸ਼ਨ ਕਹਿੰਦੇ ਆ? ਮੇਰੇ ਖਿਆਲ ਨਾਲ ਤਾਂ ਇਹਨੂੰ ਨਹੀਂ ਕਹਿੰਦੇ। ਅਸੀਂ ਤਾਂ ਜੀ ਗਲਤੀ ਕੀਤੀ, ਸਮਝਦਾਰ ਨਾਗਰਿਕ ਬਣ ਕੇ ਅਸੀਂ ਆਪ ਆਏ ਵੀ, ਸਾਡੇ ਕੋਈ ਚੱਕਰ ਨਹੀਂ ਸੀ, ਅਸੀਂ ਸੋਚਿਆ ਲੈ ਕੋਈ ਗੱਲ ਨਹੀਂ ਆਪਾਂ ਨਾ ਚੈੱਕਅਪ ਕਰਾ ਲੈਂਦੇ ਹਾਂ, ਲੇਕਿਨ ਅਸੀਂ ਫਸ ਗਏ। ਹੁਣ ਸਾਨੂੰ ਇੰਨਾ ਡਰ, ਸਾਰਾ ਦਿਨ ਸਾਡਾ ਜੀ ਡਰਦਾ ਹੈ ਵੀ ਪਤਾ ਨਹੀਂ ਕਿਹੜਾ ਇੱਥੋਂ ਸਸਪੈਕਟਡ ਹੈ, ਅਤੇ ਸਾਡੇ ਨਹੀਂ ਸੀ ਨਾ ਤਾਂ ਫਿਰ ਵੀ ਹੋ ਜਾਣਾ ਇੱਥੇ ਹਸਪਤਾਲ 'ਚ ਰਹਿ ਕੇ। ਤੁਸੀਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਆਹ ਕਲੈਕਟਰ ਜਿਹੜੇ ਡਾਕਟਰ ਹੈ ਉਹਨਾਂ ਦੇ ਇੱਥੇ ਦਿਮਾਗ 'ਚ ਜਿਹੜਾ ਕੀੜਾ ਹੈ ਨਾ ਉਹਨੂੰ ਨਿਕਲੇ ਬਾਹਰ ਆ ਕੇ, ਦੇਖੋ ਤੁਸੀਂ ਕਰ ਕੀ ਰਹੇ ਹੋ। ਕਾਗਜ਼ਾਂ 'ਚ ਲਿਖਤਾ ਜੀ 1 ਕਰੋੜ ਆ ਗਏ ਨਾ, ਤੁਹਾਨੂੰ ਪਤਾ ਹੈਂਡ ਸੈਨੇਟਾਈਜ਼ਰ, ਅਸੀਂ ਆਏ ਹਾਂ ਕੋਈ ਮਰੀਜ਼ ਅੰਦਰ ਆਇਆ ਹੈ ਉਹਨੂੰ ਸੈਨੇਟਾਈਜ਼ਰ ਤਾਂ ਦਿਓ ਤੁਸੀਂ, ਤੁਸੀਂ ਬਾਹਰ ਵੰਡਦੇ ਫਿਰਦੇ ਪਏ ਹੋ ਵੀ ਅਸੀਂ 6 ਲੱਖ ਇੱਥੇ ਵੰਡਤੇ, ਫਲਾਣਾ ਕਰਤਾ। ਜਿਹੜਾ ਮਰੀਜ਼ ਹੈ ਜਿਹੜਾ ਸਸਪੈਕਟਡ ਹੈ ਉਹਨੂੰ ਸੈਨੇਟਾਈਜ਼ਰ, ਅਸੀਂ ਕਿਹਾ ਜੀ ਸਾਨੂੰ ਸੈਨੇਟਾਈਜ਼ਰ ਦੇ ਦਿਓ, ਕਹਿੰਦੇ ਕਿ ਹੈ ਹੀ ਨਹੀਂ ਸੈਨੇਟਾਈਜ਼ਰ, ਠੀਕ ਹੈ ਅਸੀਂ ਘਰੋਂ ਮੰਗਾ ਲਿਆ, ਅਲਾਊਡ ਨਹੀਂ ਗਾ, ਤਾਂ ਅਸੀਂ ਜਾਵਾਂ ਕਿੱਥੇ, ਪਾਗਲਖਾਨੇ 'ਚ ਭਰਤੀ ਕੀਤਾ ਹੈ ਸਾਨੂੰ? ਕੁਛ ਵੀ ਨਹੀਂ ਗਾ ਜੀ, ਬਿਲਕੁਲ ਜ਼ੀਰੋ ਵਿਵਸਥਾ ਹੈ।